ਭਾਰੀ ਮੀਂਹ ਨੇ ਇੱਕ ਹੱਸਦੇ ਵਸਦੇ ਘਰ ਨੂੰ ਮਿੰਟਾਂ 'ਚ ਉਜਾੜ ਦਿੱਤਾ ਹੈ, ਜਿੱਥੇ ਤੇਜ਼ ਬਰਸਾਤ ਦੇ ਨਾਲ 3 ਮੰਜ਼ਿਲਾ ਮਕਾਨ ਢਹਿ ਢੇਰੀ ਹੋ ਗਿਆ ਅਤੇ ਮਲਬੇ ਹੇਠਾਂ ਦਬੀ ਦਾਦੀ ਤੇ 2 ਪੋਤੀਆਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਇਹ ਮਕਾਨ ਡਿੱਗਿਆ ਤਾਂ ਘਰ ਦੇ ਵਿੱਚ ਪਰਿਵਾਰ ਦੇ 6 ਜੀਅ ਮੌਜੂਦ ਸਨ, ਜਿਨ੍ਹਾਂ ਦੇ ਵਿੱਚੋਂ 3 ਦੀ ਤਾਂ ਥਾਂ ਮੌਤ ਹੋ ਗਈ, ਜਦਕਿ 3 ਨੂੰ ਬਚਾ ਲਿਆ ਗਿਆ ਹੈ ਅਤੇ ਉਹ ਹਸਪਤਾਲ 'ਚ ਜ਼ੇਰੇ ਇਲਾਜ ਨੇ। ਜਿਨ੍ਹਾਂ ਦੀ ਮੌਤ ਹੋਈ ਹੈ ਉਹ ਇੱਕ ਦਾਦੀ ਤੇ 2 ਪੋਤੀਆਂ ਨੇ, ਜੋ ਉਸੇ ਘਰ ਦੇ ਵਿੱਚ ਸੁੱਤੀਆਂ ਹੋਈਆਂ ਸਨ ਤੇ ਰਾਤ ਸੁੱਤੇ ਪਏ ਪਰਿਵਾਰ ਤੇ ਹੀ ਇਹ 3 ਮੰਜ਼ਿਲਾ ਮਕਾਨ ਆ ਕੇ ਡਿੱਗ ਗਿਆ, ਜਿਸ ਕਰਕੇ 5 ਘੰਟੇ ਦੀ ਕੜੀ ਮਸ਼ਕਤ ਤੋਂ ਬਾਅਦ ਮਲਬੇ ਦੇ ਹੇਠੋਂ ਇਹਨਾਂ ਪਰਿਵਾਰਿਕ ਮੈਂਬਰਾਂ ਨੂੰ ਕੱਢਿਆ ਗਿਆ, ਜਿਨ੍ਹਾਂ ਦੇ ਵਿੱਚੋਂ ਦਾਦੀ ਤੇ 2 ਪੋਤੀਆਂ ਦੀ ਤਾਂ ਥਾਂ ਹੀ ਮੌਤ ਹੋ ਗਈ, ਜਦਕਿ 3 ਪਰਿਵਾਰਿਕ ਮੈਂਬਰ ਹਸਪਤਾਲ 'ਚ ਜ਼ੇਰੇ ਇਲਾਜ ਨੇ, ਜਿਨ੍ਹਾਂ ਦਾ ਹੁਣ ਰੋ ਰੋ ਕੇ ਬੁਰਾ ਹਾਲ ਹੈ। ਮਾਮਲਾ ਗੁਜਰਾਤ ਦਾ ਹੈ। ਗੁਜਰਾਤ ਦੇ ਵਿੱਚ ਲਗਾਤਾਰ ਬਰਸਾਤ ਹੋ ਰਹੀ ਹੈ, ਜਿਸ ਕਰਕੇ ਥਾਂ ਥਾਂ ਤੇ ਪਾਣੀ ਭਰਿਆ ਹੋਇਆ ਹੈ ਤੇ ਹੁਣ ਨੁਕਸਾਨ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਨੇ। ਦੁਆਰਕਾ ਦੇ ਵਿੱਚ 3 ਮੰਜ਼ਿਲਾ ਮਕਾਨ ਸੀ, ਜੋ ਕਿ ਲਗਾਤਾਰ ਪੈ ਰਹੇ ਮੀਂਹ ਦੀ ਮਾਰ ਨਹੀਂ ਝੱਲ ਸਕਿਆ ਤੇ ਰਾਤ ਸੁੱਤੇ ਪਏ ਪਰਿਵਾਰ ਦੇ ਉੱਤੇ ਸਾਰਾ ਦਾ ਸਾਰਾ ਮਕਾਨ ਆ ਕੇ ਡਿੱਗਿਆ, ਜਿਸ ਕਰਕੇ ਇਹ ਪਰਿਵਾਰ ਮਲਬੇ ਦੇ ਹੇਠਾਂ ਦੱਬ ਗਿਆ ਤੇ 5 ਘੰਟਿਆਂ ਦੀ ਕੜੀ ਮਸ਼ਕਤ ਤੋਂ ਬਾਅਦ ਇਹਨਾਂ ਪਰਿਵਾਰਿਕ ਮੈਂਬਰਾਂ ਨੂੰ ਮਲਬੇ ਹੇਠੋਂ ਬਾਹਰ ਕੱਢਿਆ ਗਿਆ। ਪਰ ਉਸ ਦੌਰਾਨ ਬਜ਼ੁਰਗ ਦਾਦੀ ਦੀ ਤੇ 2 ਪੋਤੀਆਂ ਦੀ ਮੌਤ ਹੋ ਚੁੱਕੀ ਸੀ, ਜਦਕਿ ਮਾਂ ਬਾਪ ਤੇ ਇੱਕ ਹੋਰ ਪਰਿਵਾਰਿਕ ਮੈਂਬਰ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਨੇ। ਦੱਸਿਆ ਜਾ ਰਿਹਾ ਹੈ ਕਿ ਗੁਜਰਾਤ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਹਾਲੇ ਵੀ ਬਰਸਾਤ ਦੀ ਹੀ ਸੰਭਾਵਨਾ ਜਤਾਈ ਜਾ ਰਹੀ ਹੈ, ਅਜੇ ਵੀ ਮੀਂਹ ਰੁਕਣ ਦਾ ਨਾਮ ਨਹੀਂ ਲੈ ਰਿਹਾ ਤੇ ਇਹ ਰੈਸਕਿਊ ਆਪਰੇਸ਼ਨ ਵੀ ਮੀਂਹ ਦੇ ਵਿੱਚ ਹੀ ਚਲਾਇਆ ਗਿਆ। ਵਰਦੇ ਮੀਂਹ ਦੇ ਵਿੱਚ ਮਲਬੇ ਦੇ ਹੇਠੋਂ ਇਹਨਾਂ ਪਰਿਵਾਰਿਕ ਮੈਂਬਰਾਂ ਨੂੰ ਕੱਢਿਆ ਗਿਆ ਹੈ, ਜਿਨ੍ਹਾਂ ਵਿੱਚੋਂ 3 ਲਾਸ਼ਾਂ ਨਿਕਲੀਆਂ ਨੇ ਤੇ 3 ਪਰਿਵਾਰਿਕ ਮੈਂਬਰ ਜੋ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਨੇ ਤੇ ਹਾਲੇ ਵੀ ਮੀਂਹ ਉੱਥੇ ਰੁਕਿਆ ਨਹੀਂ ਹੈ। ਨਦੀਆਂ ਦਾ ਦਰਿਆਵਾਂ ਦਾ ਪਾਣੀ ਵੀ ਪੱਧਰ ਵੱਧਦਾ ਜਾ ਰਿਹਾ ਹੈ, ਜਿਸ ਕਰਕੇ ਹਰ ਪਾਸੇ ਲੋਕਾਂ ਨੂੰ ਅਹਤਿਆਤ ਵਰਤਣ ਲਈ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਨੇ। ਇਸੇ ਭਾਰੀ ਮੀਂਹ ਦੇ ਕਾਰਨ ਹੀ ਇਸ ਪਰਿਵਾਰ ਦੇ ਨਾਲ ਇਹ ਵੱਡਾ ਹਾਦਸਾ ਵਾਪਰਿਆ ਹੈ ਕਿ ਇੱਕੋ ਰਾਤ ਦੇ ਵਿੱਚ ਇੱਕੋ ਹੀ ਪਰਿਵਾਰ ਦੇ 3 ਜੀਅ, ਜਿਨ੍ਹਾਂ ਦੀ ਜਾਨ ਚਲੀ ਗਈ ਹੈ, ਪੂਰਾ ਦਾ ਪੂਰਾ 3 ਮੰਜ਼ਿਲਾ ਮਕਾਨ ਹੀ ਇਸ ਪਰਿਵਾਰ ਤੇ ਆ ਡਿੱਗਿਆ ਹੈ, ਜਿਸ ਕਰਕੇ ਘਰ ਦੇ ਵਿੱਚ ਮਾਤਮ ਪਸਰਿਆ ਇੱਕੋ ਘਰ ਦੇ ਵਿੱਚੋਂ, ਜੋ ਕਿ ਹੁਣ ਮਲਬਾ ਬਣ ਗਿਆ ਹੈ। 3 ਅਰਥੀਆਂ ਉੱਠਣਗੀਆਂ। ਦਾਦੀ ਤੇ 2 ਪੋਤੀਆਂ ਦੀ ਦਰਦਨਾਕ ਮੌਤ ਹੋਈ ਹੈ ਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਇੰਸਪੈਕਟਰ ਬਿਪਿਨ ਕੁਮਾਰ 6 NDRF ਬੜੋਦਰਾ। ਇਹ ਟੀਮ 6D 60 ਬਟਾਲੀਅਨ NDRF ਬੜੋਦਰਾ ਸੇ, ਜੈਸੇ ਹੀ ਹਮੇ ਸਿਵਲ ਪ੍ਰਸ਼ਾਸਨ ਦੁਆਰਾ ਸੂਚਨਾ ਮਿਲਤੀ ਹੈ ਕਿ ਦੁਆਰਕਾ ਮੇਂ ਉਹ ਖੰਬਾਲੀਆ ਡਿਸਟ੍ਰਿਕਟ ਖੰਬਾਲੀਆ ਤਹਿਸੀਲ ਮੇਂ 3 ਮੰਜ਼ਿਲ ਇਮਾਰਤ ਗਿਰ ਗਈ ਹੈ, ਜਿਸ ਮੇਂ 3 ਵਿਅਕਤੀ ਫਸੇ ਹੋਏ ਹੈ। ਤੋ ਜੈਸੇ ਹੀ ਹਮੇ ਸੂਚਨਾ ਮਿਲਤੀ ਹੈ, ਹਮਾਰੀ ਟੀਮ ਇੰਸੀਡੈਂਟ ਸਾਈਟ ਪਰ ਪਹੁੰਚਤੀ ਹੈ ਔਰ ਰੈਸਕਿਊ ਓਪਸ ਸਟਾਰਟ ਕਰਤੀ ਹੈ। ਇਹ ਰੈਸਕਿਊ ਆਪਰੇਸ਼ਨ ਲਗਭਗ 5 ਸੇ 6 ਘੰਟੇ ਚਲਾ, ਜਿਸ ਮੇਂ ਹਮਨੇ 3 ਵਿਅਕਤੀ ਨਿਕਾਲ ਲਿਏ। ਆਪਕੀ ਟੀਮ ਮੇਂ ਕਿਤਨੇ ਮੈਂਬਰ ਰਹੇ ਹੈਂ? ਹਮਾਰੀ ਟੀਮ ਮੇਂ 30 ਮੈਂਬਰ ਹੈਂ। CSSR ਆਪਰੇਸ਼ਨ ਹਮਨੇ ਰੈਸਕਿਊ ਕੀਆ, ਜਿਸ ਮੇਂ 3 ਵਿਅਕਤੀ ਨਿਕਾਲੇ ਗਏ।